कनेडा साडे सारिआं दा सुपनिआं दा मुल्क है। कनेडा ने रोज़गार दित्ते है साडे लोगां नूं। अज कनेडा की स्थिति थोड़ी जी डिफरेंट है। तुसीं पिछले 15-20 दिन तो देख रहे हो कि कैनेडा बंद वाले पासे तुरिया होया। क्यों हो रहा है सारा कुछ, क्यों कनेडा का वीज़ा नहीं आ रहा, इस चीज़ की नॉलेज, इस चीज़ का जानकारी किनू मिलेगी, कितों मिलेगी, कि अखबार चाहेगा। तुसीं पिछले 20-25 दिन तो देखिया असीं रेगूलरली कह रहे हैं कि कनेडा बंद हो चुका है, बट बहुत सारे लोग अपोज कर रहे हैं, नहीं खुला हजे खुला। मैनू कोई बंद करन जां खोलन दे विच कोई फायदा नहीं है। असी तुहाडे तक अवेयरनैस प्रोग्राम चलाने हैं, क्योंकि असी पिछले 8 सालों तो कनेडा दे विच भेजते हैं बच्चों, उन्होंने बच्चों को भेजते हैं जिन्हां दे वीजे नहीं लगते। जदों किसी का वीजा रिफ्यूज हुंदा है उहदा रोना निकलता है, वह मायूस हो जाता बच्चा, उन्हें समझ लगता कि मेरी जिंदगी खत्म हो चुकी है। अज वीज़ा रिफ्यूजल 90% है, 10% ही वीज़ा वै। बच्चे का कोई कसूर नहीं है किसी भी लैवल से, बच्चे का बेचारे का स्टूडेंट तो एक जेन्युइन है, जिन्हें 12वीं की है, जिन्हें पढ़ाई पढ़ के 6 महीने साल ला के 6-7 बैंड लै ले है, उन्होंने आप नहीं निंद सकते। वह तो बेचारा अजे मासूम है, इनोसेंट। 18 साल के बच्चे कि दुनियादारी की समझ होंगी है, कितने गलती हो रही है। असी अपलाई करते हाँ कनेडा के उस कॉलेज के जिसे पढ़ाई नहीं हैगी, ये सानू समझना पड़ेगा कि 12 महीने इदा दी चीज़ा नहीं चलदियां। समा गुजर चुका वै, अज की डेट के जेन्युइन बच्चा चाहिए। जे तुहानू लगता तुसी जेन्युइन हैगे जे, फिर तुसी किसी यूनीवर्सिटी अपलाई क्यों नहीं करते, क्यों असी कॉलेज ही अपलाई करते हाँ। ਕਿਹੜੇ ਕਿਹੜੇ ਕਾਲਜਾਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਆ, ਕਿਹੜੇ ਕਿਹੜੇ ਕਾਲਜਾਂ ਨੂੰ ਵੀਜ਼ਾ ਮਿਲਦਾ ਪਿਆ। ਅੱਜ ਜਿਹੜਾ ਵੀਜ਼ਾ ਰਿਫਿਊਜ਼ਲ ਹੈ ਉਹ ਮੈਕਸੀਮਮ ਰਿਫਿਊਜ਼ਲ ਕਿਉਂ ਆ ਰਿਹਾ, ਕਿਉਂਕਿ ਅਸੀਂ ਉਹਨਾਂ ਕਾਲਜਾਂ 'ਚ ਅਪਲਾਈ ਕਰਦੇ ਪਏ ਹਾਂ ਜਿਨ੍ਹਾਂ ਦੇ ਵਿੱਚ ਪੜ੍ਹਾਈ ਨਹੀਂ ਹੋ ਰਹੀ, ਅਸੀਂ ਉਹਨਾਂ ਕੋਰਸਾਂ 'ਚ ਅਪਲਾਈ ਕਰਦੇ ਪਏ ਹਾਂ ਜਿਨ੍ਹਾਂ ਦਾ ਆਊਟਕਮ ਨਹੀਂ ਹੈਗਾ। ਕੈਨੇਡੀਅਨ ਇਮੀਗ੍ਰੇਸ਼ਨ ਨੇ, ਸਰਕਾਰ ਨੇ ਆਪਦੀਆਂ PR ਦੀਆਂ ਪਾਲਿਸੀਆਂ ਚੁੱਪ ਚਪੀਤੇ ਚੇਂਜ ਕਰਤੀਆਂ, ਚੈੱਕ ਕਰ ਲਓ ਚੰਗੀ ਤਰ੍ਹਾਂ। ਜਿਹੜੀ PR 9K 9B 9C ਦੀ ਕੈਟਾਗਰੀਆਂ 'ਚ ਹੁੰਦੀਆਂ ਸੀਗੀਆਂ, ਇਹ ਸਾਰੇ 9 ਬੰਦ ਕਰ ਦਿੱਤੇ ਗਏ ਆ, ਨਵਾਂ ਸਿਸਟਮ ਲਿਆ ਦਿੱਤਾ ਗਿਆ ਵਾ। ਜਿਹੜੇ ਕਿੱਤੇ ਦੀ ਪੜ੍ਹਾਈ ਪੜ੍ਹੀ ਆ, ਜਿਹੜੇ ਕਿੱਤੇ 'ਚ ਨੌਕਰੀ ਕਰਦੇ ਹੋ, ਉਸ ਟ੍ਰੇਡ ਦੇ ਵਿੱਚ ਤੁਹਾਡੀ PR ਹੋਣੀ ਹੈ। ਅਸੀਂ ਸਾਰੇ ਜਣੇ ਭਾਰਤ ਤੋਂ ਬਿਜ਼ਨਸ ਦੀ ਪੜ੍ਹਾਈ ਪੜ੍ਹਨ ਜਾਂਦੇ ਹਾਂ, ਅਸੀਂ ਬਿਜ਼ਨਸ ਤੋਂ ਇਲਾਵਾ ਹੋਰ ਕੋਈ ਕੋਰਸ ਨਹੀਂ ਲੈਂਦੇ। ਸਾਡਾ ਬੱਚਾ ਟੈਕਨੀਕਲ ਕੋਰਸ ਦੇ ਵਿੱਚ ਫੇਲ ਹੋ ਜਾਂਦਾ, ਉੱਥੇ ਜਾ ਕੇ ਉਹਦੇ ਕੋਲੋਂ ਕੰਪਿਊਟਰ ਇੰਜੀਨੀਅਰਿੰਗ ਨਹੀਂ ਪੜ੍ਹੀ ਜਾਂਦੀ, ਫਿਰ ਉਹਦੇ ਵੱਲੋਂ ਬੱਚਿਆਂ ਨੂੰ ਮੈਸੇਜ ਦਿੱਤਾ ਜਾਂਦਾ ਤੁਸੀਂ ਇਸ ਕਾਲਜ 'ਚ ਨਾ ਆਓ, ਆਹ ਕਾਲਜ 'ਚ ਆਓ, ਮੈਂ ਨਾਂ ਨਹੀਂ ਲੈ ਸਕਦਾ। ਅੱਜ ਟੋਰਾਂਟੋ ਦੇ ਵਿੱਚ ਬ੍ਰੈਮਟਨ ਏਰੀਏ ਦੇ ਵਿੱਚ 10-12 ਇਹੋ ਜਿਹੇ ਪ੍ਰਾਈਵੇਟ ਕਾਲਜ ਨੇ ਜਿਨ੍ਹਾਂ ਨੇ ਗੌਰਮੈਂਟ ਕਾਲਜ ਦੇ ਕੋਰਸ ਲਏ ਹੋਏ ਆ। ਗੌਰਮੈਂਟ ਕਾਲਜ ਨੂੰ ਕਿਹਾ ਜਾਂਦਾ, ਕੋਈ ਕਾਲਜ 500 ਕਿਲੋਮੀਟਰ ਦੂਰ ਹੈ ਟੋਰਾਂਟੋ ਤੋਂ, ਕੋਈ 1000 ਕਿਲੋਮੀਟਰ ਹੈ। ਜਿਹੜਾ ਮੇਨ ਕੈਂਪਸ ਹੈ ਉਹ ਟੋਰਾਂਟੋ ਦੇ ਵਿੱਚ ਨਹੀਂ ਹੈ, ਸਾਡੇ ਬੱਚਿਆਂ ਨੇ ਟੋਰਾਂਟੋ 'ਚ ਜਾਣਾ। ਅੱਜ ਤੋਂ 1.5 ਸਾਲ ਪਹਿਲਾਂ ਇਦਾਂ ਦਾ ਹੀ ਕੁਝ ਹੋ ਰਿਹਾ ਸੀਗਾ ਮੌਂਟਰੀਅਲ ਦੇ ਵਿੱਚ। ਦੁਨੀਆ ਬ੍ਰੈਮਟਨ ਦੇ ਵਿੱਚ ਰਹਿੰਦੀ ਸੀ ਤਾਂ ਪੜ੍ਹਨ ਵਾਸਤੇ ਮੌਂਟਰੀਅਲ ਜਾਂਦੀ ਸੀ। ਮੌਂਟਰੀਅਲ ਦੇ ਨਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਈਆ ਬੱਚਿਆਂ ਨੇ ਬਰਬਾਦ ਕਰ ਲਿਆ। ਉੱਥੇ ਦੇ ਕਾਲਜਾਂ ਨੇ ਠੱਗੀਆਂ ਮਾਰੀਆਂ, ਕਾਲਜ ਬੰਦ ਕਰਤੇ, ਬੱਚਿਆਂ ਦੇ ਪੈਸੇ ਖਰਾਬ ਹੋ ਗਏ। ਕੀ ਕੀਤਾ ਗੌਰਮੈਂਟ ਨੇ, ਹਾਰ ਕੇ ਪਹਿਲਾਂ ਕਾਲਜ ਬੰਦ ਕਰਤੇ, ਫਿਰ ਸਸਪੈਂਡ ਕਰਤੇ, ਫਿਰ ਵਰਕ ਪਰਮਿਟ ਹੀ ਬੰਦ ਕਰਤਾ। ਅੱਜ ਕੋਈ ਜਿਹੜਾ ਵੀ ਬੰਦਾ ਅੱਜ ਕਿਊਬਿਕ ਦੇ ਵਿੱਚ ਅਪਲਾਈ ਕਰ ਰਿਹਾ, ਉਹਨੂੰ ਬੜਾ ਚੰਗੀ ਤਰ੍ਹਾਂ ਪਤਾ ਕਿ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ, ਕਿਉਂਕਿ ਇੱਕ ਸਕੀਮ ਚੱਲ ਪਈ ਆ ਪੱਕੇ ਹੋਣ ਵਾਲੀ, ਸਾਨੂੰ ਉਸ ਰਾਹ ਤੋਂ ਚੇਂਜ ਕਰਨਾ ਪਏਗਾ। ਅੱਜ ਤੋਂ 3-4 ਸਾਲ ਪਹਿਲਾਂ ਬੱਚੇ ਭਟਕ ਕੇ ਚਲੇ ਗਏ ਮੌਂਟਰੀਅਲ ਵੱਲ ਨੂੰ, ਅੱਜ ਮੌਂਟਰੀਅਲ ਦੀ ਗੱਲ ਕਿਉਂ ਨਹੀਂ ਹੁੰਦੀ, ਕਿਉਂਕਿ ਅੰਬੈਸੀ ਵੱਲੋਂ ਵੀਜ਼ੇ ਨਹੀਂ ਦਿੱਤੇ ਗਏ। ਅੱਜ ਕਿਸ ਚੀਜ਼ ਦੀ ਗੱਲ ਹੋ ਰਹੀ ਹੈ, ਅੱਜ ਗੱਲ ਹੋ ਰਹੀ ਹੈ ਟੋਰਾਂਟੋ ਦੇ ਪ੍ਰਾਈਵੇਟ ਕਾਲਜਾਂ ਦੀ, ਜਿਨ੍ਹਾਂ ਕਾਲਜਾਂ ਦੇ ਵਿੱਚ ਗੌਰਮੈਂਟ ਕਾਲਜ ਦਾ ਝਾਂਸਾ ਦੇ ਕੇ ਤੁਹਾਨੂੰ ਭੇਜਿਆ ਜਾਂਦਾ ਕਿ ਤੁਸੀਂ ਇਸ ਕਾਲਜ ਦੇ ਵਿੱਚ ਗੌਰਮੈਂਟ ਕਾਲਜ 'ਚ ਪੜ੍ਹੋਗੇ। ਇਹ ਗੌਰਮੈਂਟ ਕਾਲਜ ਨਹੀਂ ਹੈਗੇ, ਇਹ ਪ੍ਰਾਈਵੇਟ ਕਾਲਜ ਨੇ, ਇਹ ਪਬਲਿਕ ਪਾਰਟਨਰਸ਼ਿਪ ਦੇ ਅੰਡਰ ਚੱਲਦੇ ਨੇ। ਇਹਨਾਂ ਦੇ ਵਿੱਚ ਆਫਰ ਲੈਟਰ 2 ਦਿਨ 'ਚ ਆ ਜਾਂਦੀ ਹੈ, ਤੁਸੀਂ ਟਿਕਣਾ ਨਹੀਂ ਚਾਹੁੰਦੇ। ਅੱਜ ਕੈਨੇਡਾ ਦੀ ਆਫਰ ਲੈਟਰ ਨੂੰ 4 ਤੋਂ 6 ਹਫ਼ਤੇ ਲੱਗਦੇ ਆ। ਜੇ ਤੁਸੀਂ ਸੈਂਟੀਨੀਅਲ ਕਾਲਜ ਜਾਣਾ, ਹੰਬਰ ਜਾਣਾ, ਮੋਹਾਕ ਜਾਣਾ, ਸ਼ੈਰਡਨ ਜਾਣਾ, ਅਸੀਂ ਜਾਣਾ ਹੀ ਨਹੀਂ ਉੱਥੇ। ਅਸੀਂ ਇਹਨਾਂ ਕਾਲਜਾਂ 'ਚ ਨਹੀਂ ਜਾਣਾ ਕਿਉਂਕਿ ਸਾਡੇ ਕਾਲਜਾਂ 'ਚ ਪੜ੍ਹਾਈ ਹੁੰਦੀ ਹੈ। ਅਸੀਂ ਉਹਨਾਂ ਕਾਲਜਾਂ ਦੇ ਵਿੱਚ ਜਾਣਾ ਜਿਨ੍ਹਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ, ਅਸੀਂ ਬਿਜ਼ਨਸ ਦਾ ਕੋਰਸ ਲੈਣਾ। ਥੋੜ੍ਹੇ ਜਿਹੇ ਸਮਝਦਾਰ ਬਣੀਏ, ਬੰਦ ਹੋ ਚੁੱਕਾ ਹੈ ਵਪਾਰ,
एक खुला वे जे कोई चंगी पढ़ाई पढ़न जानी है बैचलर डिग्री च दाखला लो किसी चंगी यूनिवर्सिटी च दाखला लो ता वीजा मिलना है। यूनिवर्सिटी की पढ़ाई 35,000 to 40,000 dollars साल की कॉस्ट करती है, 4 साल की पढ़ाई है, 1 crore rupees लग जाना थोड़ी पढ़ाई ते, फिर तुसी वीजे के हकदार बनोगे। दो दो चार चार वारी दुनिया ने वीजा रिफ्यूज करा लिया, अज समझ नहीं लगती भी बच्चे मैं जावा कि जिहड़ा चार वारी रिफ्यूज हो गया, जिहदे कोल आलसी खत्म हो गई, जिहदे मां बाप भी थक चुके हैं भी असीं की करिए, इहो जिहा बच्चा गाइडेंस भालदा, वह कहिंदा मैनूं सच दस दिओ कि बंद होया कि खुला है। हुण कहे नहीं नहीं आओ असीं अपलाई कर दिंदे आ, साढ़े 4 आए आ, साढ़े 8 आए, 10 आए, तुहानूं की लगदा साढ़े को नहीं वीजा आंदा? साढ़े को भी रोज़ वीजा आंदा। असीं उह वीजा क्यों दिखाईए जिहड़ा कि जिहदी परसेंटेज दी बहुत थोड़ी है। दुकान खोल के बैठे हां असीं भी, साढ़े भी 4 दफ्तर ने, साढ़े को भी हजारां फाइलां लगियां हुंदियां, दूजे चौथे दिन किसी ना किसी बच्चे नूं वीजा जरूर मिलता, बट मैक्सीमम परसेंटेज बच्चों के वीजे रिफ्यूज हो रहे हैं। तुसी अखबारा चुक के देख लो, कल दा NDTV देख लियो, NDTV दे उत्ते पूरा उन्होंने प्रोग्राम बनाया इसे ते भी कनेडा मैसी वीजे रिफ्यूज क्यों कर रही है। एक गोल्ड मैडलिस्ट बच्चे का वीजा रिफ्यूज होया, 7.5-8 बैंड वाले बच्चों के वीजे रिफ्यूज हो रहे हैं, 90% वाले दे रिफ्यूज हो रहे हैं। बच्चे का कसूर नहीं है, बार बार यही कहूंगा, बच्चे नूं सलाह देने वाले का कसूर है, क्योंकि तुहानू दाखला उत्थे जिता जांदा जिथे 2 दिन दे विच ऑफर लैटर मिलती है। तुसी बिजनेस दे कोर्स चो बाहर आ जाओ, ट्रेड कोर्स दे विच जाओ, जिहदे च तुहाडा कुछ बन जावे उत्थे जाके। जदों तक असीं चंगा पढ़ाई नहीं लवांगे जिद्दां दे बंदिआं दी उहनां नूं लोड़ है, फिर ही कुछ बनेगा। अज डिप्लोमे दे विच PR भी बंद हो गई जी, अजो नवा PR दा सिस्टम बनिआ, तुहाडे पॉइंट नहीं बनने जे तुसी डिप्लोमा पढ़ के फाइल ला रहे हो, तुहानू डिग्री चाहीदी होएगी। CRS स्कोर हर रोज वधदा पिआ वा, ਇਹ ਖੁੱਲਾ ਵੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਸਿਰਫ ਪੜ੍ਹਨ ਜਾਣਾ, ਜਿਨ੍ਹਾਂ ਦੇ ਮਾਂ ਬਾਪ ਕੋਲ ਪੈਸੇ ਹੈ, ਜਿਹੜੇ ਚਾਹੁੰਦੇ ਨੇ 2 ਦਿਨ ਦਾ ਕਾਲਜ ਮਿਲ ਜਾਵੇ ਔਰ 3 ਸਾਲ ਦਾ ਵਰਕ ਪਰਮਿਟ ਵੀ ਮਿਲ ਜਾਵੇ, ਉਹਨਾਂ ਦੇ ਵੀਜ਼ੇ ਨਹੀਂ ਜੇ ਆ ਰਹੇ। ਕੈਨੇਡੀਅਨ ਇਮੀਗ੍ਰੇਸ਼ਨ ਬੜੀ ਚਲਾਕ ਹੈ, ਇਹਨਾਂ ਨੇ ਮੌਂਟਰੀਅਲ ਵਾਲਿਆਂ ਨੂੰ ਕਿੱਦਾਂ ਸਬਕ ਸਿਖਾਉਣਾ ਸੀ, ਮੌਂਟਰੀਅਲ ਦੇ ਕਾਲਜ ਵਾਲਿਆਂ ਨੇ ਪੈਸੇ ਮਾਰ ਲਏ, ਇਹਨਾਂ ਨੇ ਪਹਿਲਾਂ ਕਾਲਜ ਬੰਦ ਕਰਤੇ। ਜਦੋਂ ਕਾਲਜ ਬੰਦ ਹੋਏ ਪੂਰੀ ਦੁਨੀਆਂ 'ਚ ਰੌਲਾ ਪੈ ਗਿਆ, ਬਦਨਾਮੀ ਹੋਣੀ ਸ਼ੁਰੂ ਹੋ ਗਈ, ਹਾਰ ਕੇ ਇਹਨਾਂ ਨੇ ਵਰਕ ਪਰਮਿਟ ਬੰਦ ਕਰਤੇ, ਉਹ ਤੋਂ ਬਾਅਦ ਹੁਣ ਵੀਜ਼ੇ ਬੰਦ ਕਰਤੇ। ਹੁਣ ਅੱਜ ਦੀ ਡੇਟ ਦੇ ਵਿੱਚ ਮੌਂਟਰੀਅਲ ਕਿਊਬਿਕ ਦਾ ਕੋਈ ਵੀਜ਼ਾ ਨਹੀਂ ਆ ਰਿਹਾ, ਨਾ ਹੀ ਕੋਈ ਅਪਲਾਈ ਕਰ ਰਿਹਾ। ਜਿਨ੍ਹਾਂ ਦੇ ਵੀਜ਼ੇ ਆ ਰਹੇ ਆ ਉਹ 10-ਚ 1 ਵੀਜ਼ਾ ਆ ਜਾਂਦਾ, ਕਿਤੇ 2 ਵੀਜ਼ੇ ਆ ਜਾਂਦੇ ਆ। ਜੇ ਤੁਸੀਂ ਵੀਜ਼ਾ ਲੈਣਾ ਤੁਹਾਨੂੰ ਚੰਗੀ ਯੂਨੀਵਰਸਿਟੀ ਚੂਜ਼ ਕਰਨੀ ਪੈਣੀ ਹੈ ਕੈਨੇਡਾ 'ਚ, ਫਿਰ ਤੁਸੀਂ ਵੀਜ਼ੇ ਤੱਕ ਪਹੁੰਚੋਗੇ। ਜੇ ਆ 2-2, 4-4 ਕਮਰਿਆਂ ਵਾਲੇ ਕਾਲਜਾਂ ਦੇ ਵਿੱਚ ਅਪਲਾਈ ਕਰੀ ਜਾਓਗੇ, ਵੀਜ਼ਾ ਨਹੀਂ ਮਿਲਣਾ। ਕੀ ਪ੍ਰੋਬਲਮ ਹੁੰਦੀ ਹੈ ਛੋਟੇ ਕਾਲਜਾਂ ਨੂੰ, ਕੋਰਸਾਂ ਨੂੰ? ਇੱਕ ਕਾਲਜ ਦੇ ਕੋਲ 100 ਸੀਟਾਂ ਵੈ, 100 international ਸਟੂਡੈਂਟ ਉਹ ਬੁਲਾ ਲੈਂਦਾ, ਬੁਲਾਉਣ ਦੀ ਉਹਨੂੰ ਪਰਮਿਸ਼ਨ ਦਿੱਤੀ ਹੈ ਗੌਰਮੈਂਟ ਨੇ। ਉਹ ਕਾਲਜ 1000 ਆਫਰ ਲੈਟਰ ਕੱਢਦਾ, 1000 ਬੰਦਿਆਂ ਕੋਲੋਂ 15-15, 20,000 dollars ਇਕੱਠੇ ਕਰ ਲੈਂਦਾ। ਜਦੋਂ ਕਿਸੇ ਦੇ ਵੀਜ਼ੇ ਲੱਗਦੇ ਆ, ਮੰਨ ਲਓ 100 ਦੀ ਸੀਟਾਂ ਸੀਗੀਆਂ, 200 ਵੀਜ਼ਾ ਲਵਾ ਲਿਆ, 100 ਦਾ ਪੜ੍ਹਨ ਲੱਗ ਪਿਆ, 100 ਜਦੋਂ ਬਾਕੀ ਪਹੁੰਚਿਆ ਉਹਨੂੰ ਕਿਹਾ ਨਹੀਂ ਤੂੰ ਐਂ ਕਰੀ ਅਗਲੇ ਇੰਟੇਕ ਆ ਜੀ, ਨਹੀਂ ਸੋਲਵ ਹੋਇਆ, ਉਹ ਤੋਂ ਬਾਅਦ ਵੀ ਅਗਲੇ ਇੰਟੇਕ ਆ ਜੀ। ਆਲਰੇਡੀ ਯੂਟਿਊਬ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਪਈਆਂ, ਸੈਂਟ ਲਾਰੈਂਸ ਕਾਲਜ ਦੀਆਂ ਵੀਡੀਓ ਦੇਖ ਲਓ। ਸੈਂਟ ਲਾਰੈਂਸ ਅਲਫਾ ਨੇ ਕੀ ਕੀਤਾ, ਦੁਨੀਆਂ ਨੂੰ ਬੁਲਾਈ ਗਏ, ਬੁਲਾ ਕੇ ਬੱਚਿਆਂ ਨੂੰ ਮੁੜ ਕੇ ਕਹਿਤਾ ਵੀ ਸਾਡੇ ਕੋਲ ਇੰਟੇਕ ਨਹੀਂ ਹੈਗਾ, ਤੂੰ ਅਗਲੇ ਇੰਟੇਕ 'ਚ ਆ ਜੀ। ਇੱਦਾਂ ਦੀਆਂ ਪ੍ਰੋਬਲਮਸ ਹੋਰ ਵੀ ਬਹੁਤ ਸਾਰੇ ਕਾਲਜਾਂ ਦੇ ਵਿੱਚ ਹੈ। ਅੱਜ ਜਿਨ੍ਹਾਂ ਬੱਚਿਆਂ ਨੇ ਸਤੰਬਰ ਇੰਟੇਕ ਦੇ ਪੈਸੇ ਭੇਜੇ ਹੋਏ, ਉਹਨਾਂ ਸਾਰਿਆਂ ਨੂੰ ਕਾਲਜਾਂ ਵੱਲੋਂ ਨੋਟਿਸ ਆਉਣੇ ਸ਼ੁਰੂ ਹੋ ਗਏ ਆ ਕਿ ਆਪਦਾ ਕੋਰਸ ਆਨਲਾਈਨ ਸ਼ੁਰੂ ਕਰ, ਅਸੀਂ ਰੈਫਰ ਨਹੀਂ ਕਰਨਾ। ਕਿਉਂ ਨਹੀਂ ਰੈਫਰ ਕਰਨਾ? ਕਿਉਂਕਿ ਜੇ 10 ਬੰਦੇ ਅੱਜ ਪੈਸੇ ਵਾਪਸ ਲੈਣ ਵਾਲੇ ਆ, 100 ਬੰਦੇ ਹੋਰ ਤਿਆਰ ਖੜੇ ਆ ਪੈਸੇ ਭੇਜਣ ਨੂੰ। ਕਰੇਜ਼ ਸਾਡੇ ਕੋਲ ਖਤਮ ਨਹੀਂ ਹੋ ਰਿਹਾ, ਸਾਡੇ ਕੋਲ ਹਰ ਰੋਜ਼ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਔਰ ਬੱਚਾ ਕੈਨੇਡਾ ਹੀ ਜਾਣਾ ਚਾਹੁੰਦਾ। ਲੋਕਾਂ ਨੂੰ ਲੱਗਦਾ PR ਬਹੁਤ ਸੌਖੀ ਹੈ, PR ਉਸ ਦਿਨ ਸੌਖੀ ਹੋਣੀ ਹੈ ਜਿਸ ਦਿਨ ਤੁਹਾਨੂੰ ਮਿਲਣੀ ਹੈ, ਔਰ PR ਦਾ ਸਫ਼ਰ 5 ਸਾਲ ਦਾ, 5 ਸਾਲਾਂ ਬਾਅਦ ਗੌਰਮੈਂਟ ਦੀ ਕੀ ਪਾਲਿਸੀ ਹੋਏਗੀ ਇਹ ਡਿਪੈਂਡ ਕਰਦਾ। ਅੱਜ ਉਹਨਾਂ ਨੇ ਪਾਲਿਸੀ ਚੇਂਜ ਕਰਤੀ ਹੈ, 9A, 9B, 9C ਵਾਲਾ ਕੰਮ ਬੰਦ ਹੋ ਚੁੱਕਾ, ਨਵੇਂ ਅਸੈਸਮੈਂਟ ਲੈਵਲ ਆ ਗਏ ਹੈ, ਨਵੇਂ ਪੈਰਾਮੀਟਰਸ ਆ ਗਏ ਹੈ, ਨਵਾਂ ਇੰਗਲਿਸ਼ ਦਾ ਟੈਸਟ ਵੀ ਆ ਗਿਆ। ਹੋ ਸਕਦਾ ਸਵੇਰ ਨੂੰ ਤੁਹਾਨੂੰ 7 ਬੈਂਡ ਚਾਹੀਦੇ ਹੋਣ, 7 ਬੈਂਡ ਈਚ ਚਾਹੀਦੇ ਹੋਣ ਆਸਟ੍ਰੇਲੀਆ ਵਾਂਗੂ, ਫਿਰ ਤੁਹਾਡੇ ਪੁਆਇੰਟ ਬਣਨ। ਹੋ ਸਕਦਾ ਕੱਲ੍ਹ ਨੂੰ ਕੋਈ ਰੀਜਨਲ ਏਰੀਏ ਦੀ ਸਕੀਮ ਆ ਜਾਵੇ। ਅਸੀਂ ਇੱਥੋਂ ਇੱਦਾਂ ਦੀ ਜਗ੍ਹਾ 'ਤੇ ਜਾਈਏ ਜਿਹਦੇ ਨਾਲ ਸਾਡਾ ਕੁਛ ਬਣ ਜਾਵੇ। ਟੋਰਾਂਟੋ 'ਚ ਜਾਣਾ ਜ਼ਰੂਰ ਪੜ੍ਹੋ, ਟੋਰਾਂਟੋ ਦੇ ਵਿੱਚ ਟ੍ਰਾਇਰਸਨ ਯੂਨੀਵਰਸਿਟੀ 'ਚ ਅਪਲਾਈ ਕਰੋ, ਬਰੋਕ ਯੂਨੀਵਰਸਿਟੀ 'ਚ ਅਪਲਾਈ ਕਰੋ, ਯੋਰਕ 'ਚ ਅਪਲਾਈ ਕਰੋ, ਗੋਲਫ 'ਚ ਅਪਲਾਈ ਕਰੋ। ਪੜ੍ਹਨ ਦੇ ਨੀਤ ਨਾਲ ਜਾਓਗੇ ਵੀਜ਼ਾ ਲੱਗਣਾ, ਇੱਥੋਂ ਕਰਜ਼ਾ ਚੁੱਕ ਲਓਗੇ,
15,000-20,000 डॉलर तुसी कॉलेज नूं भी दे रहे हो, जे 25,000-30,000-40,000 डॉलर किसी यूनिवर्सिटी नूं भी दे दोगे कनेडा जरूर पहुंच जाओगे। कनेडा जाने का सीधा ही मूल मंत्र है, चाहते हो ना तुहाडा वीजा रिफ्यूज ना हो यूनिवर्सिटी अपलाई करना है, कॉलेज तो दूर रहो या उस कॉलेज दे विच अपलाई करो जिन्हां कॉलेजां दे कोई वीजे आंदे आ, जिन्हां दा कोई सिस्टम हैगा रिक्रूटमेंट दा। यह नहीं कि हर किसी नूं ही ऑफर लैटर मिली जाए। असीं भी कॉलेजां च भेजदे आ, उन्हां कॉलेजां च भेजदे आ जिन्हां दे वीजे लगदे आ। मैक्सीमम यूनिवर्सिटियां च वीजा आ रहा अज दी रेट च। खेड खत्म हो चुकी है, जे सोचदे हो करजा चुक के चल जाओगे, करजा एक लंबे समय लई चुकना पैना और घट्टो घट 4 साल पढ़ना पैना, फिर डिग्री कंप्लीट होएगी, फिर PR दे तुहाडे पॉइंट बनणगे। टुट चुके हो, 2-4 बारी रिफ्यूज हो गया, अगला इनटेक नहीं हैगा। हुण अगला इनटेक सितंबर 2023 दा वै यूनिवर्सिटी दा। जे साल रुकना चाहते हो जरूर कनेडा चले जाओगे। इस साल दे विच घट्टो घट कोई ITI दा कोर्स कर लो, कितें कोई काम सीख लो, कल नूं बाहर जाके भुखे नहीं मरोंगे, चंगी जगह नौकरी ते लग जाओगे। गड्डियां ठीक करनियां दा कोर्स कर लो, मोबाइल ठीक करने सीख लो, कोई कॉस्मेटोलॉजी का कोर्स कर लो, कंप्यूटर साइंस की पढ़ाई पढ़ लो, किसी तरह का कोई हाथ का किता मुखी कोर्स कर लो, ता जो तुसी रोटी खान जोगे जरूर हो जाओ कनेडा जाके। जे टुट चुके हो नहीं को हल लभदा पिया, 2 महीने दे विच आस्ट्रेलिया भेज दांगे। 2020 पास आउट हो डिग्री दे विच दाखला मिल जूगा हायर एजुकेशन च, अगले 2-4 दिन च अपलाई कर लो, नवंबर इनटेक दे विच तुसी आस्ट्रेलिया चल जाओगे। पैसे असी उदो भराने हैं जदों वीजा लग जूगा। और किसी भी तरह की डाउट है साढ़े दफ्तर विजिट कर लो, जलंधर साडा ऑफिस है, अमृतसर है, चंडीगढ़ मोहाली है, इन्हों 4 दफ्तर किसी भी जगह से आके तुसी आपका केस अपलाई कर लो। बाकी कोशिश करांगे थोड़ी उम्मीदा दिख रहे उतरी है। धन्यवाद।